इस न्यूज के प्रायोजक हैं रॉकेट प्लस, लाइट ऑन पॉकेट, बिग ऑन परफॉर्मेंस, रॉकेट प्लस, द ग्रेट खली का वादा, रॉकेट ईवी चले सबसे ज्यादा। रॉकेट प्लस की डीलरशिप लेने के लिए दिए गए इस नंबर पर संपर्क करें 9878740455। श्री राम उत्सव कमेटी मिलरगंज की ओर से राम नवमी उपलक्ष्य शोभा यात्रा का आयोजन किया गया, जिसमें बढ़ चढ़कर राम भक्तों ने इस यात्रा में हिस्सा लिया और श्री रामचंद्र जी के जयकारे लगाए। हर साल की तरह इस साल भी इस शोभा यात्रा में सामाजिक एवं राजनीतिक पार्टियों ने शिरकत की। इसी के साथ मंजू सिनेमा रोड शिव मंदिर से यह यात्रा दोपहर 2 बजे आरम्भ हुई और शहर के कई इलाकों से गुजरती हुई वापस शिव मंदिर पहुंची। शहर वासियों ने शोभा यात्रा का स्वागत किया एवं भव्य आरती भी की गई। वहीं शोभा यात्रा के समूह सेवादारों ने शहर वासियों का आभार जताते हुए कहा कि अब की बार आगे से भी ज्यादा शोभा यात्रा में लोग आए हैं, हम उनका तहे दिल से धन्यवाद करते हैं और भगवान श्री राम सभी पर कृपा करें। लुधियाना से अनिल पासी की रिपोर्ट। लुधियाने शहर दे विच जिहड़े साडे धर्म कारज ने ओह इस शहर नूं जिउंदा रखदे आ, धड़कदा रखदे आ। हरेक साल 33 साल हो गए लगातार पवित्र शिव मंदिर तों जिहड़ी साडी शोभा यात्रा निकलदी आ, समुच्चे लुधियाने दे विच जिहड़े रस्तिआं तों जाणा लोक स्वागत लई खड़े आ, लंगर ला के खड़े आ। ਔਰ ਮੈਂ ਸਮਝਦਾ ਕਿ ਭਗਵਾਨ ਰਾਮ ਦੀ ਬੜੀ ਵੱਡੀ ਕਿਰਪਾ ਆ, ਜਿਨ੍ਹਾਂ ਦੀ ਬਦੌਲਤ ਅਸੀਂ ਇਹ ਸਾਰੇ ਕਾਰਜ ਆਪ ਹੀ ਉਹ ਕਰਵਾ ਰਹੇ ਹਾਂ ਔਰ ਇਸ ਕਾਰਜ ਨੂੰ ਵੀ ਉਹ ਕਾਮਯਾਬ ਕਰਵਾਉਣਗੇ। ਜਿੰਨੀ ਪ੍ਰਬੰਧਕ ਟੀਮ ਆ ਹਰੇਕ ਸਾਲ ਸਾਲ ਦਰ ਸਾਲ ਜਿਹੜੀ ਇਹਨਾਂ ਦੀ ਸੇਵਾ ਜਿਹੜੀ ਸ਼ਰਧਾ ਭਾਵਨਾ ਉਹ ਦੂਣ ਸਵਾਈ ਹੁੰਦੀ ਹੈ। ਮੈਂ ਇਹੀ ਕਾਮਨਾ ਕਰਦਾ ਭਗਵਾਨ ਰਾਮ ਦੇ ਚਰਨਾਂ 'ਚ ਉਹ ਇਸੇ ਤਰੀਕੇ ਨਾਲ ਸਾਡੀ ਪੂਰੀ ਕਮੇਟੀ ਦੇ ਆਪਣਾ ਆਸ਼ੀਰਵਾਦ ਭਰਿਆ ਹੱਥ ਰੱਖਣ। ਕੀ ਕਹੋਗੇ ਇਸ ਯਾਤਰਾ ਬਾਰੇ? ਅੱਜ ਦੀ ਭਵਿਆ ਯਾਤਰਾ ਜੋ ਕਿ ਇਸ ਇਲਾਕੇ ਦਾ ਸਵਰਨਮਈ ਇਤਿਹਾਸ ਅਤੇ ਲਗਭਗ 33ਵੀਂ ਵਾਰਸ਼ਿਕ ਭਵਯ ਸ਼ੋਭਾ ਯਾਤਰਾ ਦਾ ਆਯੋਜਨ ਸ਼੍ਰੀ ਰਾਮ ਉਤਸਵ ਕਮੇਟੀ ਮਿਲਰਗੰਜ ਲੁਧਿਆਣਾ ਦੀ ਔਰ ਤੋਂ ਕੀਤਾ ਗਿਆ ਔਰ ਇਸ ਯਾਤਰਾ ਦੇ ਵਿੱਚ ਸਮੂਹ ਇਲਾਕਾ ਨਿਵਾਸੀਆਂ ਨੇ, ਸਮੂਹ ਸਨਾਤਨ ਪ੍ਰੇਮੀਆਂ ਨੇ ਦੂਰ ਦੁਰਾਡੇ ਤੋਂ ਵੀ ਆ ਕੇ ਇਸ ਯਾਤਰਾ ਦੇ ਵਿੱਚ ਸੇਵਾ ਕਰਨ ਦਾ ਸੌਭਾਗਿਆ ਪ੍ਰਾਪਤ ਕੀਤਾ। ਅੱਜ ਦੀ ਇਹ ਯਾਤਰਾ ਜਿੱਥੇ ਰਾਮ ਭਗਤਾਂ ਦੇ ਉਤਸ਼ਾਹ ਨੂੰ ਵੇਖਣ ਵਾਲੀ ਬਣਦੀ ਸੀ, ਉੱਥੇ ਹੀ ਹਰ ਕੰਮ ਨੂੰ ਬੜੇ ਹੀ ਮਰਿਆਦਿਤ ਤਰੀਕੇ ਦੇ ਨਾਲ ਭਗਤਾਂ ਨੇ ਹਰਸ਼ੋ ਉਲਾਸ ਦੇ ਨਾਲ ਇਸ ਯਾਤਰਾ ਦੇ ਵਿੱਚ ਆਪਣੀ ਸ਼ਰਧਾ ਭਾਵ ਦੀ ਆਹੁਤੀ ਪਾਈ ਔਰ ਪ੍ਰਭੂ ਸ਼੍ਰੀ ਰਾਮ ਜੀ ਦਾ ਭਵਿਆ ਅਦ੍ਰਿਸ਼ ਜੋ ਆਸ਼ੀਰਵਾਦ ਹੈ ਉਸ ਨੂੰ ਪ੍ਰਾਪਤ ਕੀਤਾ ਔਰ ਇਸ ਦੇ ਵਿਚਕਾਰ ਜਿੱਥੇ ਭਗਵਾਨ ਸ਼੍ਰੀ ਰਾਮ ਜੀ ਦੇ ਮਾਂ ਭਗਵਤੀ ਦੇ ਆਦਿ ਸ਼ੰਕਰਾਚਾਰੀਏ ਮਹਾਰਾਜ ਸ਼ੰਕਰ ਭਗਵਾਨ ਜੀ ਦੇ ਬੜੇ ਹੀ ਸਨਮੁੱਖ ਸਰੂਪਾਂ ਦੀਆਂ ਝਾਕੀਆਂ ਸਜਾਈਆਂ ਗਈਆਂ, ਉੱਥੇ ਹੀ ਬ੍ਰਾਹਮਣ ਸਮਾਜ ਦਾ ਵੀ ਇੱਕ ਬਹੁਤ ਵੱਡਾ ਰੂਟ ਸਹਿਯੋਗ ਰਿਹਾ। ਇਸਦਾ ਰੂਟ ਜੋ ਇਹ ਸ਼ਿਵ ਮੰਦਿਰ ਦੇ ਪ੍ਰਾਂਗਣ ਤੋਂ ਸ਼ੁਰੂ ਹੋ ਕਰਕੇ ਜੈਮਲ ਸਿੰਘ ਰੋਡ ਤੋਂ ਮੈਟਰੋ ਟਾਇਰ, ਉਸ ਤੋਂ ਬਾਅਦ ਗਿੱਲ ਰੋਡ ਤੋਂ ਲੇਬਰ ਕਲੋਨੀ ਦੁਰਗਾ ਮਾਤਾ ਮੰਦਿਰ ਤੋਂ ਹੁੰਦੀ ਹੋਈ ਸੰਗੀਤ ਸਿਨੇਮਾ, ਸੰਗੀਤ ਸਿਨੇਮੇ ਤੋਂ ਇਹ ਭਗਵਾਨ ਚੌਂਕ ਔਰ ਭਗਵਾਨ ਚੌਂਕ ਤੋਂ ਰਾਮਨਗਰ ਮਾਰਕੀਟ, ਪ੍ਰਤਾਪ ਨਗਰ ਔਰ ਭਗਵਾਨ ਨਗਰ ਦੀ ਮਾਰਕੀਟ 'ਚ ਹੁੰਦੀ ਹੋਈ ਭਗਵਾਨ ਪਰਸ਼ੂਰਾਮ ਗਿਆਨ ਵਾਟਿਕਾ ਦੇ ਪ੍ਰਾਂਗਣ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨ ਤੋਂ ਉਪਰੰਤ ਉਹਨਾਂ ਦੁਆਰਾ ਸ਼ਿਵ ਮੰਦਰ ਚੈਰੀਟੇਬਲ ਦੇ ਟਰੱਸਟ ਦੇ ਉੱਤੇ ਆਰਤੀ ਦੇ ਨਾਲ ਸੰਪੰਨ ਕੀਤੀ।